ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ। ਜਿਹੜੀ 635 ਸੰਬੰਧੀ ਇੱਕ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਜੀ, ਤੁਹਾਡੇ ਨਾਲ ਇਸ ਵੀਡੀਓ ਵਿੱਚ ਜਿਹੜੀ ਹੈ ਸਾਂਝੀ ਕਰਾਂਗੇ। ਸਕਰੀਨ ਦੇ ਉੱਤੇ ਇੱਕ ਨੋਟਿਸ ਹੈ ਤੁਹਾਡੇ ਸਾਹਮਣੇ, ਜੋ ਕਿ 2/9/22 ਨੂੰ ਪ੍ਰਕਾਸ਼ਿਤ ਹੋਇਆ ਜੀ। ਅਫੀਸ਼ੀਅਲ ਨੋਟਿਸ ਹੈ, ਵੈਬਸਾਈਟ 'ਤੇ ਤੁਹਾਨੂੰ ਮਿਲ ਜਾਏਗਾ, ਜਾ ਕੇ ਚੈੱਕਆਊਟ ਕਰ ਸਕਦੇ ਹੋ। ਸੋ ਗੱਲ ਕੀ ਹੈ ਜੀ, ਜਿਹੜੀ 635 ਅਸਾਮੀਆਂ ਦਾ ਜਿਹੜਾ ਇੱਥੇ ਸਾਰਾ ਕੁਝ ਦੱਸਿਆ ਹੋਇਆ ਹੈ, ਅਤੇ ਇਹਦੇ ਵਿੱਚ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਹੈ ਜੀ, ਕਿਹੜੇ ਉਮੀਦਵਾਰਾਂ ਨੂੰ, ਉਹ ਤੁਸੀਂ ਇੱਥੇ ਵੇਖ ਸਕਦੇ ਹੋ ਜੀ। EWS ਕੈਟਾਗਰੀਜ਼ ਆਪਣੇ ਜਿਹੜੇ 57 ਤੋਂ 61 ਤੱਕ ਜਿਨ੍ਹਾਂ ਦੀ ਆਪਣੇ ਅੰਕ ਬਣਦੇ ਆ, ਅਤੇ ਉਹ ਉਹਨਾਂ ਨੂੰ ਜਿਹੜਾ ਸੱਦਾ ਮਿਲ ਗਿਆ ਜੀ, ਇੱਥੇ 6/9/22 ਨੂੰ ਆਪਣੇ ਦਸਤਾਵੇਜ਼ਾਂ ਦੀ ਸਕਰੂਟਨੀ ਉਹ ਸਾਥੀ ਜਿਹੜੇ ਕਰਵਾ ਸਕਦੇ ਆ। ਅਤੇ ਅੱਗੇ ਗੱਲ ਕਰੀਏ SCRO ਦੇ ਵਿੱਚ ਆਪਣੇ ਵਿਮੁਕਤ ਜਾਤੀ ਜਿਹੜੇ ਕਿ 42 ਤੋਂ 57 ਤੱਕ, ਠੀਕ ਹੈ ਜੀ, 42 ਤੋਂ ਲੈ ਕੇ 57 ਤੱਕ ਜਿਹੜੇ ਆਪਣੇ ਕੈਂਡੀਡੇਟਸ ਨੇ, ਸਾਥੀ ਨੇ, ਅਤੇ ਉਹਨਾਂ ਨੂੰ ਜਿਹੜਾ ਸੱਦਾ ਇੱਥੇ ਦਿੱਤਾ ਗਿਆ ਜੀ 7/9/22 ਤੱਕ। ਕਿੱਥੇ ਜਾਣਾ ਜੀ ਤੁਸੀਂ, ਐਡਰੈਸ ਅਸੀਂ ਇੱਥੇ ਵੇਖ ਸਕਦੇ ਹੋ ਜੀ, ਸਿੱਖਿਆ ਵਿਭਾਗ ਦੇ ਦਫ਼ਤਰ ਵਿਖੇ, ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟਰ ਪੰਜਾਬ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਈਕਰੋਸਾਫਟ ਬਿਲਡਿੰਗ, 10 ਤੋਂ 4 ਵਜੇ ਤੱਕ ਤੁਸੀਂ ਆਪਣੇ ਅਸਲ ਦਸਤਾਵੇਜ਼ਾਂ ਜੀ ਸਕਰੂਟਨੀ ਜਿਹੜੀ ਆ ਕਰਵਾਉਣੀ ਹੈ। ਅਤੇ ਇਹਨਾਂ ਦੋ ਕੈਟਾਗਰੀ ਦੇ ਆਪਣੇ ਸਾਥੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ ਜੀ, EWS 57 ਤੋਂ 61 ਤੱਕ, ਅਤੇ ਵਿਮੁਕਤ ਜਾਤੀ ਦੇ ਆਪਣੇ ਸਾਥੀ 42 ਤੋਂ 57 ਨੰਬਰਾਂ ਵਾਲੇ, ਔਰ EWS ਵਾਲੇ ਸਾਥੀ ਆਪਣੇ 6/9/22 ਤੱਕ ਸਕਰੂਟਨੀ ਕਰਵਾ ਸਕਦੇ ਆ, ਅਤੇ ਵਿਮੁਕਤ ਜਾਤੀ ਵਾਲੇ ਸਾਥੀ ਜਿਹੜੇ ਨੇ ਉਹ 7/9/2022 ਨੂੰ ਆਪਣੀ ਸਕਰੂਟਨੀ ਜਿਹੜੀ ਆ ਕਰਵਾਉਣਗੇ ਜੀ। ਅਤੇ ਇੱਦਾਂ ਜਿਹੜੀਆਂ ਆਪਣੇ ਹੋਰ ਕੈਟਾਗਰੀਜ਼ ਦੇ ਵੀ ਹਜੇ ਲਿਸਟਾਂ ਆਪਣੀਆਂ ਪੈਣਗੀਆਂ, ਅਤੇ ਉਹਨਾਂ ਦੀ ਵੀ ਜਿਹੜੀ ਸਕਰੂਟਨੀ ਤੋਂ ਬਾਅਦ ਜੁਆਇਨਿੰਗ ਇਹਨਾਂ ਦੀ ਬਹੁਤ ਜਲਦੀ ਹੋਣ ਜਾ ਰਹੀ ਹੈ। ਅਤੇ ਇਹ ਜਿਹੜਾ ਨੋਟਿਸ ਹੈ ਇੰਪੋਰਟੈਂਟ, ਤੁਹਾਡੇ ਨਾਲ ਸਾਂਝਾ ਕਰਨਾ ਸੀ। ਸੋ ਥੈਂਕ ਯੂ ਜੀ ਵੀਡੀਓ ਨੂੰ ਵੇਖਣ ਦੇ ਲਈ, ਅਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ, ਉਹ ਟੈਲੀਗ੍ਰਾਮ ਗਰੁੱਪ ਸਾਡਾ ਜ਼ਰੂਰ ਜੁਆਇਨ ਕਰੋ, ਉੱਥੇ ਤੁਹਾਨੂੰ ਜਿਹੜੀਆਂ ਨੇ ਅਪਡੇਟਸ ਮਿਲਦੀਆਂ ਰਹਿਣਗੀਆਂ। ਸੋ ਥੈਂਕ ਯੂ ਜੀ।